ਦੇਖ ਰਹੇ ਹੋ ਬਿਆਨੀ ਫਿਆਰ ਟੀਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਦੀਵਾਲੀ ਨਿਕਲ ਚੁੱਕੀ ਹੈ ਤਾਂ ਪਿੱਛੇ ਜਿਹੜੇ ਲੋਕਾਂ ਆਮੜੇ ਦਿੱਲੀ ਦੇ ਵਿੱਚ ਜਿਹੜਾ ਇੰਡੈਕਸ ਕੁਆਲਟੀ ਕਾਫੀ ਘਟ ਗਈ ਸੀ ਤਾਂ ਕਿਸੇ ਕਿਸੇ ਆ ਕੇ ਜਿਹੜਾ ਵਾਤਾਵਰਨ ਨੂੰ ਪੋਲੂਸ਼ਨ ਕਰਨ ਦੀ ਵੀ ਗੱਲ ਆਖੀ ਗਈ ਸੀ ਪਿੱਛੇ ਕਿ ਲੇਕਿਨ ਹੁਣ ਤਿਕਵੇਂ ਪੰਜਾਬ ਦੇ ਜਿਹੜੇ ਕਿਸਾਨ ਹੈ ਉਹ ਕਾਫੀ ਹੁਣ ਜਾਗਰੂਕ ਹੋ ਗਏ ਆ ਪਰਾਲੀ ਜਲਾਣ ਤੋਂ ਪੂਰੀ ਤਰ੍ਹਾਂ ਪਰਹੇਜ਼ ਕਰ ਰਿਹਾ ਸੋ ਪੰਜਾਬ ਦੀ ਮਾਨਸਿਕ ਕਾਰ ਵੱਲੋਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਤੇ ਲੁਧਿਆਣਾ ਦੇ ਡੀਸੀ ਵੱਲੋਂ ਇਹ ਖਾਸ ਜਿਹੜੀ ਹਦਾਇਤਾਂ ਦਿੱਤੀਆਂ ਗਈਆਂ ਸੀ ਕਿਸਾਨਾਂ ਨੂੰ ਵੀ ਆਪਣੀ ਪਰਾਲੀ ਨੂੰ ਜਲਾਉਣਾ ਬਕਾਇਦਾ ਇਸ ਨੂੰ ਆਪਣੀ ਇੱਕ ਆਮਦਨ ਦਾ ਸਰੋਤ ਬਣਾਓ ਕਿ ਇਸ ਦਾ ਇਹਨੂੰ ਇਕੱਠੀ ਕਰਕੇ ਗੱਠਾ ਬਣਾ ਕੇ ਇਸ ਨੂੰ ਬਾਲਨ ਦੇ ਰੂਪ ਚ ਫੈਕਟਰੀ ਵਿੱਚ ਜਿੱਨਾ ਤੁਹਾਡੀ ਆਮਦਨ ਚ ਵਾਧਾ ਹੋਊਗਾ ਸੋ ਪੰਜਾਬ ਦੇ ਕਿਸਾਨ ਹੁਣ ਕਾਫੀ ਸਿਆਣੇ ਹੋ ਚੁੱਕੇ ਆ ਔਰ ਆਪਣੀ ਪਰਾਲੀ ਨੂੰ ਇਸ ਟਾਈਮ ਬਿਲਕੁਲ ਨਹੀਂ ਜਲਾ ਰਹੇ ਸੋ ਤਸੀਂ ਦਿਖਾ ਰਹੇ ਹਾਂ ਲੋਹਾਂਦਾ ਦੇ ਇੱਕ ਪਿੰਡ ਦਾਖਾ ਔਰ ਅਮੂਲਾਪੁਰ ਦੇ ਕੋਲ ਦੀਆਂ ਇਹ ਸਾਰਾ ਇੱਕ ਏਰੀਆ ਜਿੱਥੇ ਜਿਹੜਾ ਝੋਨੇ ਦੀ ਫਸਲ ਤੋਂ ਕਟਾਈ ਤੋਂ ਬਾਅਦ ਤੇ ਕਿਸਾਨ ਬੇਸ਼ੱਕ ਆਪਣੀ ਫਸਲਾਂ ਵੇਚ ਕੇ ਘਰ ਲੋਟ ਪਰਤ ਗਏ ਤਾਂ ਹੁਣ ਜਿਹੜੀ ਆ ਖੇਤਾਂ ਦੇ ਵਿੱਚ ਜਿਹੜੀ ਪਰਾਲੀ ਹੁੰਦੀ ਹੈ ਇਹ ਸਾਰੀ ਪਰਾਲੀ ਆ ਜਿਸ ਨੂੰ ਅਕਸਰ ਪਹਿਲਾਂ ਜਿਹੜੇ ਕਿਸਾਨ ਹੁੰਦੇ ਸੀ ਪਿੰਡਾਂ ਦੇ ਇਹਨੂੰ ਜਲਾ ਦਿੰਦੇ ਸੀ ਲੇਕਿਨ ਅੱਜ ਦੇ ਜਿਹੜੇ ਕਿਸਾਨ ਆ ਕਾਫੀ ਜਾਗ ਹੋ ਗਏ ਆ ਨਵੀਂ ਟੈਕਨੋਲੋਜੀ ਦੇ ਨਾਂ ਨਾਲ ਵਾਤਾਵਰਨ ਪ੍ਰੇਮੀ ਬੰਦੇ ਜਾ ਰਹੇ ਕਿਉਂਕਿ ਉਹਨਾਂ ਨੂੰ ਖੁਦ ਪਤਾ ਵੀ ਜਿਹੜੇ ਪ੍ਰਾਲੀ ਨੂੰ ਜਲਾਵਾਂਗੇ ਸਭ ਤੋਂ ਪਹਿਲਾਂ ਇਹਦਾ ਵਾਤਾਵਰਨ ਜਿਹੜਾ ਉਹਨਾਂ ਦੇ ਘਰ ਤੱਕ ਪਹਿਲਾਂ ਪਹੁੰਚੂਗਾ ਸੋ ਅੱਜ ਦਾ ਕਿਸਾਨ ਕਾਫੀ ਸਿਆਣਾ ਤੇ ਇਹ ਮਸ਼ੀਨਾ ਜਿਸਾਂ ਹੁਣ ਇਹ ਇਸ ਪ੍ਰਾਲੀ ਨੂੰ ਹੀ ਜਿਹੜੀ ਇਸ ਜਿਹੜੀ ਖੇਤਾਂ 'ਚ ਪ੍ਰਾਲੀ ਬਚੀ ਹੁੰਦੀ ਝੋਨੇ ਤੋਂ ਬਾਅਦ ਜਿਹੜੀ ਤਾਂ ਉਸ ਨੂੰ ਇਸ ਜ਼ਮੀਨ ਦੇ ਵਿੱਚ ਹੀ ਦਬਾਉਂਦੇ ਆ ਕਿਸ ਤਾਂ ਦੀ ਟੈਕਨੋਲੋਜੀ ਆ ਖੈਰ ਮੇਨਾਸਟਮ ਇਸ ਪਿੰਡ ਦੇ ਹੀ ਕਿਸਾਨ ਖੜੇ ਗੱਲਬਾਤ ਕਰਾਂਗਾ ਭਾਈ ਸੱਸੀ ਗਾਜੀ ਸੱਸੀ ਗਾਜੀ ਭਾਈ ਕੀ ਨਾਮ ਲੈਣਾ ਮੇਰਾ ਨਾਮ ਗੁਰਪ੍ਰੀਤ ਸਿੰਘ ਗੁਰਪ੍ਰੀਤ ਜੀ ਕਿੱਦਾਂ ਲੱਗਦੇ ਹੋ ਹੁਣ ਤੁਸੀਂ ਪਰਾਲੀ ਨੂੰ ਅੱਗੇ ਜਲਾਉਂਦੇ ਸੀ ਹੁਣ ਨਹੀਂ ਜਲਾਉਂਦੇ ਨਹੀਂ ਹੁਣ ਨਹੀਂ ਜਲਾਉਂਦੇ ਕੀ ਕਾਰਨ ਕੀ ਹੈ ਬਾਜੀ ਵਾਤਾਵਰਨ দূਸ਼ਿਤ ਹੁੰਦਾ ਨਾਲੇ ਫਿਰ ਆਪਦੇ ਘਰ ਤੱਕ ਕੀ ਹੁੰਦਾ ਪਹਿਲਾਂ ਪਹਿਲਾਂ ਜਿਹੜਾ ਬੰਦਾ ਅੱਗ ਲਾਉਂਦਾ ਪਹਿਲਾਂ ਤਾਂ ਉਹਨੂੰ ਪ੍ਰੋਬਲਮ ਮੈਨ ਆਉਂਦੀ ਜੀ ਜੀ ਤੇ ਤਾਂ ਕਰਕੇ ਹੁਣ ਹੋ ਗਏ ਸਾਨੂੰ 4 ਸਾਲ ਅਸੀਂ ਅੱਗ ਨਹੀਂ ਲਾਉਂਦੇ ਅੱਗ ਨਹੀਂ ਲਾਣ 4 ਸਾਲ ਹਾਂ ਜੀ ਤਾਂ ਫਿਰ ਇਹ ਪਰਾਲੀ ਹੁੰਦੀ ਜਿਹੜੀ ਪਹਿਲਾਂ ਕਿੱਦਾਂ ਤੁਸੀਂ ਇਸਤੇਮਾਲ ਕਰਦੇ ਇਹਦੇ ਜੀ ਆ ਮਲਚਰ ਮਾਰ ਕੇ ਉਸ ਤੋਂ ਬਾਅਦ ਚੋਂ ਉੱਤੇ ਕੇ ਰਾਂ ਰੂਟਾਵੀਟਰ ਮਾਰ ਕੇ ਫੇਰ ਇਹਨੂੰ ਉਲਟਾਵੇਂ ਹਲਾ ਨਾਲ ਧਰਤੀ ਜੀ ਦਵਾ ਦਿੰਦੇ ਆ ਧਰਤੀ ਦਵਾ ਦਿੰਦੇ ਹਾਂ ਜੀ ਆਮ ਹੁਣ ਲੋਕੀ ਕਿ ਤੁਹਾਡੇ ਜਿਹੜੇ ਕਿਸਾਨ ਪਰਾਓ ਗੱਠਾ ਬਣਾ ਕੇ ਉਹਨੂੰ ਬਾਲੰਦੇ ਰੂਪ ਚ ਵੀ ਵੇਚਦੇ ਆ ਹਾਂ ਜੀ ਵੀ ਵੇਚਦੇ ਆ ਜੀ ਗੱਠਾ ਗੱਠਾ ਵੀ ਉਹ ਬਣਾਉਂਦੇ ਆ ਜੀ ਹਾਂ ਕਾਫੀ ਫਾਇਦਾ ਹੋ ਰਿਹਾ ਉਹਨਾਂ ਨੂੰ ਵੀ ਕਾਫੀ ਹਾਂ ਜੀ ਹਾਂ ਜੀ ਹੈਗਾ ਜੀ ਉਹ ਤਾਂ ਫਾਇਦਾ ਤਾਂ ਨਹੀਂ ਤਾਂ ਪਹਿਲਾਂ ਅੱਗ ਲਾਉਂਦੇ ਸੀ ਪਹਿਲਾਂ ਤਾਂ ਸਾਰੀ ਲਾਉਂਦੇ ਸੀ ਅੱਜ ਤਾਂ ਤਕਰੀਬਨ ਅੱਜ ਦੇਖ ਲਓ ਤੁਸੀਂ ਅਛੇ ਤਰੀਕ ਹੋ ਗਏ ਸਾਡੇ ਪਿੰਡ ਦੇ ਕਿਸੇ ਨੇ ਵੀ ਅੱਗ ਨਹੀਂ ਲ ਕਿੰਦਾ ਨੁਕਸਾਨ ਕਿੰਨਾ ਹੁੰਦਾ ਜਦੋਂ ਪਹਿਲਾਂ ਅੱਗ ਲਾਉਂਦੇ ਸੀ ਕਿੰਨਾ ਕੁ ਨੁਕਸਾਨ ਹੁੰਦਾ ਸੀ ਨੁਕਸਾਨ ਤਾਂ ਹੀ ਚਲੋ ਹੁੰਦਾ ਹੀ ਸੀ ਸੇ ਦਾ ਨੁਕਸਾਨ ਤਾਂ ਹੁੰਦਾ ਹੀ ਸੀ ਲੇਕਿਨ ਹੁਣ ਪਾ ਲੱਗ ਗਿਆ ਲੋਕਾਂ ਨੂੰ ਜਾਗ ਹੋ ਗਏ ਹੁਣ ਜਾਗਰੂਕ ਹੋ ਗਏ ਜੀ ਬਾਕੀ ਸੰਦ ਉਹ ਮਿਲਣ ਲੱਗੇ ਸੰਦ ਉਹ ਜੇ ਸਰਕਾਰ ਨੇ ਮਈਆ ਕਰਾਤੇ ਤਾਂ ਕਰਕੇ ਹੁਣ ਸੋਖਾ ਹੋ ਗਿਆ ਕੰਮ ਪਹਿਲਾਂ ਉਹ ਜੇ ਸੰਦ ਹੈ ਨਹੀਂ ਸੀ ਤਾਂ ਕਰਕੇ ਕਿਸਾਨ ਵੀ ਮਜਬੂਰ ਸੀ ਅੱਗ ਲਾਉਣ ਨੂੰ ਹੁਣ ਸੰਦ ਉਹ ਜੇ ਹੈਗੇ ਆ ਤੇ ਤਾਂ ਕਰਕੇ ਚਲੋ ਇਹ ਕੁਝ ਜਾਨੀ ਕਿ ਧਰਤੀ ਜੀ ਦਵਾ ਦਿੰਦੇ ਆ ਕੋਹ ਗੱਠਾਵਾ ਕੇ ਉਹ ਵੇਚ ਵੇਚ ਕੇ ਉਹਦੀ ਕਮਾਈ ਕਰ ਲੈਂਦੇ ਆ ਕਿਸੇ ਗੁਰਪ੍ਰੀਤ ਕੀਤਾ ਦੇਖਦੇ ਹੋ ਪਹਿਲਾਂ ਇਹ ਲੋਕਾਂ 'ਚ ਧਾਰਨਾ ਸੀ ਆਗ ਹੀ ਲਗਾਣੀ ਆਗ ਹੀ ਲਗਾਣੀ ਬਿਸ਼ੱਕ ਤੁਸਾਨੂੰ ਤੁਸੀਂ ਗੱਲ ਕੀਤੀ ਵੀ ਹੁਣ ਸੰਦ ਉਸ ਤਰ੍ਹਾਂ ਦੇ ਆ ਗਿਆ ਪਹਿਲਾਂ ਲੋਕਈ ਲੋਕੀ ਪਹਿਲਾਂ ਵੀ ਗੀ ਲਗਾਉਂਦੇ ਸੀ ਕਾਸੀ ਮਤਲਬ ਕਿ ਅਗਰ ਗਲਗਾ ਲੀਤਾ 80% ਲੋਕੀ ਲਗਾਉਂਦੇ ਸੀ ਪਹਿਲਾਂ ਕਿਸਾਨ 20% ਨਹੀਂ ਲਗਾਉਂਦੇ ਜਿਹੜੇ 20% ਨਹੀਂ ਲਗਾਉਂਦੇ ਉਹ ਫਿਰ ਕਿਸਤਾਂ ਨੂੰ ਕਰਦੇ ਸੀ ਇੱਦਾਂ ਜਿਦਾ ਤੁਸੀਂ ਐਸਟੇਮ ਕਰਦੇ ਸੀ ਹਾਂਜੀ ਆਹੀ ਜੀ ਸੀ ਪਹਿਲਾਂ ਪਹਿਲਾਂ ਯਾਨੀ ਕਿ ਪਹਿਲਾਂ ਦੂਏ ਲੋੜ ਸੀ ਕਿਸਾਨ ਨੂੰ ਆਪ ਲੈਣੀਆਂ ਪੈਂਦੀਆਂ ਸੀ ਹੁਣ ਯਾਨੀ ਕਿ ਇਹ ਸਬਸਿਡੀ ਹੋ ਗਈ ਇਹਨਾਂ ਤੇ ਮਸ਼ੀਨਾ ਮਿਲ ਗਈਆਂ ਹੁਣ ਉਹ ਉਸੇ ਕਰਕੇ ਜਿਵੇਂ ਹੁਣ ਸਾਡੇ ਸਾਡੇ ਡੈਰੀ ਆ ਡੈਰੀ ਦੇ ਵਿੱਚ ਅੱਗੇ ਸੰਤ ਗਈ ਉਦਾਂ ਕਰਕੇ ਵੀ ਉਹ ਉਹ ਕਿਸਾਨਾਂ ਨੂੰ ਮਸ਼ੀਨਾਂ ਦਾ ਕੰਮ ਵੀ ਆਂਦੇ ਨਾ ਹਾਂਜੀ ਮੋ ਉਹੋ ਕਿਸਾਨਾਂ ਨੂੰ ਮੋਈਆ ਕਰਾਈ ਜਾਂਦੇ ਆ ਤੇ ਉਹਦੇ ਨਾਲ ਇਹ ਵੇ ਵਰਤ ਲੈਣੀਆਂ ਵਾ ਤੁਸੀਂ ਪੰਜਾਬ ਸਰਕਾਰ ਨੇ ਇਹ ਨਵਾਂ ਪ੍ਰਾਲਾ ਕੀਤਾ ਸੀ ਕਿਸਾਨਾਂ ਨੂੰ ਜਾਗਰੂਕ ਕੀਤਾ ਸੀ ਆਪਣੀ ਪ੍ਰਾਲੀ ਨੂੰ ਜਲਾਉ ਨਾ ਵੀ ਇਹਦੇ ਗੱਠਾ ਮਨਾ ਕੇ ਤੁਸੀਂ ਇਹਦਾ ਬਾਲਣ ਵਾਸਤੇ ਯੂਜ਼ ਹੁੰਦਾ ਕਿਸ ਤਾਂ ਦਾ ਪ੍ਰਾਲਾ ਰਿਹਾ ਪੰਜਾਬ ਸਰਕਾਰ ਦਾ ਵੀ ਨਹੀਂ ਵਧੀਆ ਪ੍ਰਾਲਾ ਜੀ ਵਧੀਆ ਵਧੀਆ ਵਾ ਮਾਨ ਸਰਕਾਰ ਦਾ ਜੋ ਲੋਕ ਆਇਆਂ ਨਾਲ ਇਹ ਖੱਤਾਂ ਦੇ ਵਿੱਚ ਵੀ ਰਲਾਈ ਜਾਂਦੀ ਆ ਤੇ ਕੁਸ ਬਾਲਣ ਦੇ ਤੌਰ ਤੇ ਵਰਤੀ ਜਾਂਦੀ ਆ ਇਹ ਜੇ ਕਰਕੇ ਵਧੀਆ ਪ੍ਰਾਲਾ ਜੀ ਸਰਕਾਰ ਦਾ ਸੋ ਤੁਸੀਂ ਦੇਖ ਸਕਦੇ ਹੋ ਇਸ ਸਮੇਂ ਅਸੀਂ ਮੌਜੂਦ ਆ ਮੁੱਲਾਪੁਰ ਦਾਖਾ ਦੇ ਕਿ ਪਿੰਡ ਦੇ ਵਿੱਚ ਜਿੱਥੇ ਗੁਰਪ੍ਰੀਤ ਸਿੰਘ ਨਾਮ ਦਾ ਇੱਕ ਵੀਰ ਕਿਸਾਨ ਹੈ ਜਿਹੜਾ ਅੱਜ ਦੇ ਉਹਨਾਂ ਕਿਸਾਨਾਂ ਨੂੰ ਹੋਰ ਪ੍ਰੇਰਿਤ ਕਰਦੇ ਜਾ ਰਹੇ ਕਿਉਂਕਿ ਪਰਾਲੀ ਨੂੰ ਜਲਾਣਾ ਨਹੀਂ ਬਲਕਿ ਉਸ ਨੂੰ ਇਸਤੇਮਾਲ ਕਰਨਾ ਤੇ ਆਪਣੀ ਆਮਦਨ ਦਾ ਇੱਕ ਸਰੋਤ ਬਣਾਉਣਾ ਸੋ ਪੰਜਾਬ ਦੀ ਮਾਨ ਸਰਕਾਰ ਦੁਆਰਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੇ ਨਾਲ ਹੀ ਲੁਧਿਆਣਾ ਦੇ ਡੀਸੀ ਜਤਿੰਦਰ ਜੋਰਾਵਾਲ ਦੁਆਰਾ ਵੀ ਇੱਕ ਗੱਲ ਆਖੀ ਗਈ ਸੀ ਕਿਸਾਨ ਆਪਣੀ ਪਰਾਲੀ ਨੂੰ ਜਲਾ ਨਾ ਬੇਸ਼ੱਕ ਆਹ ਪਹਿਲਾਂ ਕਿਸਾਨਾਂ ਦੇ ਵਿੱਚ ਮੰਨ ਦੀ ਡਰਦਾ ਸੀ ਜਿਹੜੇ ਲੁਧਿਆਣਾ ਦਾ ਪ੍ਰਸ਼ਾਸਨ ਆ ਯੂਨੀਵਰਸਿਟੀ ਦੇ ਅਧਿਕਾਰੀ ਆਂਦੇ ਸੀ ਪਹਿਲਾਂ ਉਹ ਚਲਾਨ ਦੀ ਗੱਲ ਕਰਦੇ ਲੇਕਿਨ ਹੁਣ ਕਿਸਾਨ ਕਾਫੀ ਜਰੂਰ ਹੋ ਗਏ ਜਿੱਦਾਂ ਲਾਂਦੇ ਹੀ ਇਸ ਪਿੰਡ ਦੇ ਗੁਰਪ੍ਰੀਤ ਸਿੰਘ ਕਿਸਾਨ ਨੇ ਗੱਲ ਕੀਤੀ ਕਿ ਅਸੀਂ ਕਾਫੀ ਪਿਛਲੇ 4 ਸਾਲਾਂ ਤੋਂ ਪਰਾਲੀ ਨੂੰ ਜਲਾਇਆ ਨਹੀਂ ਤਾਂ ਇੱਕ ਬਹੁਤ ਵੱਡਾ ਪਹਿਲਕਦਮੀ ਹੈ ਲੋਕਾਂ ਨੇ ਤੋਂ ਹੀ ਸ਼ੁਰੂਆਤ ਹੋਈ ਹੈ 4 ਸਾਲਾਂ ਤੋਂ ਕਿਸਾਨ ਇਹ ਪਰਾਲੀ ਖੜੇ ਜਿਨ੍ਹਾਂ ਨੇ ਪਰਾਲੀ ਨੂੰ ਜਲਾਇਆ ਨਹੀਂ ਬਕਾਇਦਾ ਉਸ ਦਾ ਇਸਤੇਮਾਲ ਖੇਤਾਂ ਦੇ ਵਿੱਚ ਕੀਤਾ ਪਸ਼ੂਆਂ ਦੇ ਚਾਰੇ ਲਈ ਇਸਤੇਮਾਲ ਕੀਤਾ ਤਾਂ ਆਮ ਬੜੇ ਨਾਲ ਲੱਗਦੇ ਪਿੰਡਾਂ ਉਹ ਵੀ ਇਸ ਪਰਾਲੀ ਨੂੰ ਜਲਾਣ ਦੀ ਬਜਾਏ ਉਹਨੂੰ ਗੱਠਾ ਬਣਾ ਕੇ ਬਾਲਨ ਦੇ ਰੂਪ ਦੇ ਵਿੱਚ ਉਹ ਫੈਕਟਰੀ ਨੂੰ ਵੇਚ ਕੇ ਆਪਣੀ ਇੱਕ ਆਮਦਨ ਦਾ ਸਰੋਤ ਬਣਾਇਆ ਸੋ ਪੰਜਾਬ ਦਾ ਕਿਸਾਨ ਹੁਣ ਕਾਫੀ ਜਾਗਰੂਕ ਹੈ ਕਾਫੀ ਜਿਹੜੀ ਮਾਨ ਸਰਕਾਰ ਨੇ ਗੱਲ ਆਖੀ ਸੀ ਉਸ ਦਾ ਨਤੀਜਾ ਆ ਉਹ ਤੁਹਾਡੇ ਬਿਲਕੁਲ ਸਾਹਮਣੇ ਆ ਰਿਹਾ ਇਸ ਦੇ ਨਾਲ ਹੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਾਲੇ ਹਮੇਸ਼ਾ ਹੀ ਆਏ ਦਿਨ ਕਿਸਾਨ ਭਰਾਵਾਂ ਨੂੰ ਪਰਾਲੀ ਨੂੰ ਨਾ ਜਲਾਉਣ ਵਾਸਤੇ ਨਵੇਂ-ਨਵੇਂ ਜੜੀਆਂ ਤਕਨੀਕਾਂ ਦੱਸਦੇ ਸੀ ਚਾਹੇ ਉਹ ਸੰਧ ਵੀ ਇਸ ਤਰ੍ਹਾਂ ਨਵੇਂ ਆ ਚੁੱਕੇ ਆ ਲੇਕਿਨ ਹੁਣ ਕਿਸਾਨ ਖੁਦ ਇਸ ਗੱਲ ਲਈ ਜਾਗਰੂ ਹੋਗੇ ਕਿ ਅਗਰ ਉਹ ਪ੍ਰਾਲੀ ਨੂੰ ਜਲਾਣਗੇ ਸਭ ਤੋਂ ਪਹਿਲਾਂ ਉਹਦਾ ਵਾਤਾਵਰਨ ਦਾ ਧੂਆਂ ਹੋਊਗਾ ਵਾਤਾਵਰਨ ਖਰਾਬ ਹੋਊਗਾ ਉਹਨਾਂ ਪਹਿਲਾਂ ਪਿੰਡ ਦੀ ਸ਼ੁਰੂਆਤ ਹੋ ਗਈ ਜਿਸ ਪਿੰਡ ਚ ਉਹਨਾਂ ਦੇ ਖੇਚ ਰੰਦੇ ਆ ਉਸ ਇਲਾਕੇ ਦੇ ਵਿੱਚ ਪਹਿਲਾਂ ਉਸ ਵਾਤਾਵਰਨ ਦੋਸ਼ੀ ਕਰੂਗਾ ਤਾਂ ਕਿਸਾਨ ਹੁਣ ਆਪਣੀ ਪ੍ਰਾਲੀਆਂ ਨੂੰ ਜਲਾਣ ਦੇ ਵਿੱਚ ਬਿਲਕੁਲ ਨਹੀਂ ਮੰਨਦੇ ਕਿਉਂਕਿ ਉਹ ਕਹਿੰਦੇ ਵੀ ਇਸ ਨੂੰ ਅਸੀਂ ਆਮਦਨ ਦਾ ਸਰੋਤ ਨਾ ਸੋ ਲੁਧਾਨਾ ਦਾ ਹੀ ਇਹ ਪਿੰਡ ਹੈ ਜਿੱਥੇ ਇਹ ਕਿਸਾਨ ਵੀ ਗੁਰਪ੍ਰੀਤ ਸਿੰਘ ਨੇ ਇਸ ਸਾਰੀ ਜਿਹੜੀ ਤੁਸੀਂ ਆਸਮ ਖੇਤਾਂ ਵਿੱਚ ਦੇਖ ਰਹੇ ਹੋ ਇਹ ਪਰਾਲੀ ਨੂੰ ਹੁਣ ਇਸ ਖੇਤਾਂ 'ਚ ਹੀ ਦਬਾਣਗੇ ਜਿਹੜੀ ਜਿਹੜੀ ਕੁਝ ਰਹਿਣ ਖੁੰਦ ਹੋ ਗਈ ਉਸ ਨੂੰ ਆਪਣੇ ਪਸ਼ੂਆਂ ਦੇ ਚਾਰੇ ਲਈ ਵੀ ਇਸਤੇਮਾਲ ਕਰਨਗੇ ਸੋ ਪੰਜਾਬ ਸਰਕਾਰ ਦੁਆਲਾ ਕਿਸਾਨਾਂ ਨੂੰ ਸਮੇਂ-ਸਮੇਂ ਤੇ ਜਿਹੜੀ ਇਸ ਵਾਰ ਜਾਰੂ ਲਗਿਆ ਉਸ ਦਾ ਨਤੀਜਾ ਤੁਹਾਡੇ ਸਾਹਮਣੇ ਆ ਰਿਹਾ ਤਾਂ ਖਾਸ ਕਰਕੇ ਲੁਧਾਨਾ ਦੇ ਹੀ ਪਿੰਡ ਦੇ ਕਿਸਾਨ ਨੂੰ ਕਾਫੀ ਜਲੂਸ ਹੋ ਗਏ ਤੇ ਪਰਾਲੀ ਨੂੰ ਨਾ ਜਲਾਣ ਲਈ ਇੱਕ ਬੜਾ ਵੱਡਾ ਆਮ ਜਿਹੜੇ ਦੂਸਰੇ ਕਿਸਾਨ ਭਰਾਵਾਂ ਨੂੰ ਇੱਕ ਬਹੁਤ ਵੱਡਾ ਸੰਦੇਸ਼ ਦਿੰਦੇ ਤਾਂ ਕਿ ਉਹ ਆਪਣੀ ਪਰਾਲੀ ਨੂੰ ਨਾ ਜਲਣ ਆਪਣੇ ਵਾਤਾਵਰਨ ਨੂੰ ਸ਼ੁੱਧ ਰੱਖਣ ਵਾਤਾਵਰਨ ਨੂੰ ਖਰਾਬ ਨਾ ਕਰਨ ਤਾਂ ਇਸ ਦਾ ਪਰਾਲੀ ਨੂੰ ਸੰਭਾਲ ਕੇ ਜਾਂ ਤਾਂ ਉਸ ਨੂੰ ਆਪਣੀ ਆਮਦਨੀ ਦਾ ਸਾਧਨ ਬਣਾ ਕੇ ਰੱਖਣ ਤਾਂ ਕਿ ਉਹਨਾਂ ਦੀ ਆਮਦਨੀ 'ਚ ਹੋਰ ਵਾਧਾ ਹੋਵੇ ਕੈਮਰਮੈਨ ਬੌਬੀ ਨਾਲ ਸੰਦੀਪ ਸ਼ਰਮਾ ਜੈਨੀਫਰ ਟੀਵੀ ਪਿੰਡ ਦਾਖਾ ਲੁਧਿਆਣਾ